ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਪਿਛਲੇ ਸਮੇਂ ਦੌਰਾਨ ਬਣਿਆ ਹੋਇਆ ਹੈ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਹੋਰਾਂ ਦੇ ਵੱਲੋਂ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਗਿਆ ਕਿ ਸਰਕਾਰ ਟੈਂਪੋਰਰੀ ਫੋਰਨ ਵਰਕਰਸ ਦੀ ਗਿਣਤੀ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਕਟ ਲਗਾ ਸਕਦੀ ਹੈ ਜਿਸ ਨੇ ਆਖਿਆ ਕਿ ਇਸ ਸਮੇਂ ਇਹਨਾਂ ਦੀ ਗਿਣਤੀ ਕੈਨੇਡੀਅਨ ਪੋਪੂਲੇਸ਼ਨ 'ਚ 6.2% ਹੈ ਜਿਸ ਨੂੰ 2027 ਤੱਕ ਘਟਾ ਕੇ 5% ਤੇ ਲਿਆਂਦਾ ਜਾਏਗਾ ਪਰ ਭਵਿੱਖ ਦੇ ਵਿੱਚ ਸਰਕਾਰ ਦੇ ਇਮੀਗ੍ਰੇਸ਼ਨ ਟੀਚੇ ਕੀ ਹੋਣਗੇ ਇਸ ਦਾ ਐਲਾਨ ਆਉਣ ਵਾਲੇ ਦਿਨਾਂ 'ਚ ਕੀਤਾ ਜਾਏਗਾ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪਿਛਲੇ ਵੱਡੇ ਸਮੇਂ ਤੋਂ ਇੱਕ ਅਹਿਮ ਮਸਲਾ ਬਣਿਆ ਹੋਇਆ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਤੇ ਲੋਕਾਂ ਦੇ ਵਿੱਚ ਨਾਰਾਜ਼ਗੀ ਵੀ ਦਿਖਾਈ ਦੇ ਰਹੀ ਹੈ ਜਿਸ ਨੂੰ ਲੈ ਕੇ ਫੈਡਰਲ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਤਬਦੀਲੀਆਂ ਦੀ ਗੱਲਬਾਤ ਕੀਤੀ ਹੈ ਜਿਸ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਸਟੱਡੀ ਪਰਮਿਟ ਉੱਪਰ ਕੈਪ ਲਗਾਉਣ ਦੀ ਗੱਲਬਾਤ ਕੀਤੀ ਗਈ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਆਖਿਆ ਕਿ ਫੈਡਰਲ ਸਰਕਾਰ ਅਗਲੇ 3 ਸਾਲਾਂ ਦੌਰਾਨ ਕੈਨੇਡਾ ਦੀ ਆਬਾਦੀ ਵਿੱਚ ਟੈਂਪਰੇਰੀ ਰੈਜ਼ਿਡੈਂਸ ਦੀ ਹਿੱਸੇਦਾਰੀ ਘਟਾਉਣ ਦੀ ਤਿਆਰੀ ਕਰ ਰਹੀ ਹੈ ਭਾਵੇਂ ਕਿ ਜੋ ਲੋਕ ਵਰਕ ਪਰਮਿਟ ਜਾਂ ਸਟੂਡੈਂਟਸ ਨੇ ਉਹਨਾਂ ਦੀ ਗਿਣਤੀ ਸਰਕਾਰ ਘਟਾਏਗੀ ਮਿਲਰ ਨੇ ਦੱਸਿਆ ਕਿ ਸਾਲ 2023 'ਚ ਕੈਨੇਡਾ ਦੀ ਕੁੱਲ ਆਬਾਦੀ 'ਚ ਟੈਂਪਰੇਰੀ ਰੈਜ਼ਿਡੈਂਸ ਦੀ ਹਿੱਸੇਦਾਰੀ 6.2% ਸੀ ਸਰਕਾਰ 2027 ਤੱਕ ਇਸ ਹਿੱਸੇਦਾਰੀ ਨੂੰ ਘਟਾ ਕੇ 5% ਤੇ ਲਿਆਉਣ ਲਈ ਕੰਮ ਕਰ ਰਹੀ ਹੈ ਕੈਨੇਡਾ ਸਰਕਾਰ ਪਹਿਲੀ ਵਾਰ ਆਪਣੇ ਇਅਰ ਟੂ ਇਅਰ ਇਮੀਗ੍ਰੇਸ਼ਨ ਟ੍ਰੀਚਰ ਦੀ ਯੋਜਨਾ ਵਿੱਚ ਟੈਂਪਰੇਰੀ ਰੈਜ਼ੀਡੈਂਸ ਨੂੰ ਸ਼ਾਮਲ ਕਰੇਗੀ ਫਾਲ ਸਿਜ਼ਨ ਦੌਰਾਨ ਨਵੇਂ ਇਮੀਗ੍ਰੇਸ਼ਨ ਟ੍ਰੀਚਰ ਜਾਰੀ ਹੋਣ ਦੀ ਸੁਭਾਵਨਾ ਹੈ ਮਿਲਰ ਨੇ ਕਿਹਾ ਕਿ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਲੇਬਰ ਮਾਰਕੀਟ ਦੀਆਂ ਲੋੜਾਂ ਨਾਲ ਬਿਹਤਰ ਢੰਗ ਨਾਲ ਮੇਲ ਕਰਵਾਉਣ ਦੀ ਕੋਸ਼ਿਸ਼ ਵਜੋਂ ਸਰਕਾਰ ਦੇ ਟੈਂਪਰੇਰੀ ਵਰਕ ਪਰਮਿਟ ਪ੍ਰੋਗਰਾਮ ਦੀ ਸਮੀਖਿਆ ਕਰੇਗਾ ਸਰਕਾਰ ਨੇ ਜਨਵਰੀ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਪਰਮਿਟ ਉੱਪਰ 2 ਸਾਲ ਦੇ ਲਈ ਕੈਪ ਦਾ ਐਲਾਨ ਕੀਤਾ ਸੀ ਮਿਲਰ ਨੇ ਕਿਹਾ ਹੈ ਕਿ ਉਹ 5% ਕਟੌਤੀ ਦੇ ਟੀਚੇ ਨੂੰ ਹਾਸਲ ਕਰਨ ਲਈ ਚਰਚਾ ਕਰ ਰਹੇ ਨੇ ਤੇ ਮਈ ਵਿੱਚ ਆਪਣੇ ਪ੍ਰਵਿੰਸ਼ੀਅਲ ਅਤੇ ਬਾਕੀ ਫੋਰਨ ਇੰਟਰਨੈਸ਼ਨਲ ਨੇਤਾਵਾਂ ਦੇ ਨਾਲ ਮੀਟਿੰਗ ਕੀਤੀ ਜਾਏਗੀ ਦਸੰਬਰ ਦੇ ਵਿੱਚ ਸਟੈਟਿਸਟਿਕ ਕੈਨੇਡਾ ਨੇ ਕਿਹਾ ਸੀ ਕਿ 2023 ਦੀ ਤੀਜੀ ਤਮਾਹੀ ਦੇ ਦੌਰਾਨ ਦੇਸ਼ ਦੀ ਆਬਾਦੀ 'ਚ 430000 ਤੋਂ ਵੱਧ ਦਾ ਵਾਧਾ ਹੋਇਆ ਜੋ ਕਿ 1957 ਵਿੱਚ ਕਿਸੇ ਤਮਾਹੀ 'ਚ ਹੋਇਆ ਸਭ ਤੋਂ ਤੇਜ਼ ਰਫ਼ਤਾਰ ਦਾ ਵਾਧਾ ਹੈ ਇਹ ਵਾਧਾ ਮੁੱਖ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਟੈਂਪਰੇਰੀ ਨਾਨ ਪਰਮਾਨੈਂਟ ਰੈਜ਼ੀਡੈਂਸ ਦੇ ਕਾਰਨ ਹੋਇਆ ਜਿਨ੍ਹਾਂ ਦੀ ਗਿਣਤੀ 313000 ਸੀ ਜੋ ਜੁਲਾਈ ਤੋਂ ਸਤੰਬਰ ਦੇ ਵਿਚਕਾਰ ਦੇਸ਼ ਆਏ ਸਨ ਸਟੈਟਕੈਨ ਦਾ ਕਹਿਣਾ ਹੈ ਕਿ ਨਾਨ ਪਰਮਾਨੈਂਟ ਰੈਜ਼ੀਡੈਂਸ ਜ਼ਿਆਦਾਤਰ ਉਹ ਲੋਕ ਨੇ ਜਿਨ੍ਹਾਂ ਕੋਲ ਵਰਕ ਸਟਡੀ ਪਰਮਿਟ ਹੈ ਜਾਂ ਕੁਝ ਨੇ ਪੋਲਿਟੀਕਲ ਅਸਾਈਲਮ ਦੀ ਦਾਅਵੇਦਾਰੀ ਲਗਾਈ ਹੋਈ ਹੈ ਜਿਸ ਤੋਂ ਸਾਫ ਹੈ ਕਿ ਜੇਕਰ ਸਰਕਾਰ ਇਹ ਨੰਬਰ ਨੂੰ ਘਟਾਉਣਾ ਚਾਹੁੰਦੀ ਹੈ ਅਤੇ ਪਰਮਾਨੈਂਟ ਰੈਜ਼ੀਡੈਂਸ ਤੇ ਨੰਬਰ ਨੂੰ ਸਥਿਰ ਰੱਖਦੀ ਹੈ ਤਾਂ ਬਹੁਤਿਆਂ ਨੂੰ ਭਵਿੱਖ ਦੇ ਵਿੱਚ ਵਰਕ ਪਰਮਿਟਸ ਦੇ ਵਿੱਚ ਐਕਸਟੈਂਸ਼ਨ ਨਾ ਮਿਲਣ ਦੇ ਮਸਲੇ ਵੀ ਸਾਹਮਣੇ ਆ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ